हाँ जी भी जी, सारा भी सत श्रीकाल जी। संदीप डेयरी फार्म विच तुहाडा बहुत बहुत वेलकम है जी। आदि अपनी विजिट हैगी है जी, पिंड सांगना जी, जिला अमृतसर पैंदा। इन वीरों पहले वीडियो बना लगे जी, आप कुछ पशु सेल है जी, तो आओ हूँ बाई जी ने गलबात करिए आप इन की प्राइज तो की मिल रिकॉर्ड आ। उस तो पहले भी जी रिक्वेस्ट करें थोनों कि जेडे वीर पहले वीडियो वेख रहे हैं उन्होंने वीरों रिक्वेस्ट है कि अपने चैनल में सबसक्राइब कर जी, तो घंटे बड़े जरूर दबा ता कि वीडियो आ सके। भी जी एक होर रिक्वेस्ट आ, इतने आओ एक टाइम दो टाइम चुआई करो तो पास करके लैके जाओ गबड़ पशु, ठीक है ना जी। हूँ भीर उन्होंने गलबात करते हैं तो वीडियो शुरू कर दे जी हूँ आप। हाँ जी भी जी, सत श्रीकाल जी। सत श्री अकाल ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਹਾਂਜੀ ਤੇ ਵੀਰ ਜੀ, ਕੋਈ ਵਪਾਰ ਕਰਦੇ ਆਪਾਂ ਜੀ? ਨਹੀਂ ਵੀਰ ਜੀ, ਘਰ ਦੇ ਪਸ਼ੂ ਜੀ। ਘਰ ਦੇ ਪਸ਼ੂ ਜੀ ਹੈ ਜੀ, ਕੋਈ ਵਪਾਰ ਨਹੀਂ ਕਰਦੇ? ਨਹੀਂ ਨਹੀਂ ਕੋਈ ਵਪਾਰ ਨਹੀਂ ਕਰਦੇ। ਤੇ ਕਿੰਨੇ ਪਸ਼ੂ ਸੇਲੇ ਵੀਰ ਜੀ? ਦੋ ਪਸ਼ੂ ਜੀ, ਦੋ ਆ ਜੀ। ਜਸੂਏ ਝੋਟੀ ਜੇ, ਹਾਂਜੀ, ਤੇ ਇੱਕ ਉਹ ਤੀਜੇ ਸੂਏ ਮਾਜੂ ਜੀ। ਠੀਕ ਹੈ ਜੀ, ਚਲੋ ਐਡਰੈਸ ਬੋਲੋ ਵੀਰ ਜੀ ਆਪਣਾ। ਪਿੰਡ ਸਾਂਗਣਾ ਜੀ, ਹਾਂਜੀ, ਤੇ ਚਬਾ ਰੋਡ, ਹਾਂਜੀ, ਤੇ ਤਹਿਸੀਲ ਅੰਬਰਸਰ, ਹਾਂਜੀ, ਤੇ 84,467, ਹਾਂਜੀ, 74,218। ਇੱਕ ਵਾਰ ਫਿਰ ਬੋਲੋ ਜੀ। 84,467, 74,218। ਨਾਮ ਬੋਲ ਦੋ ਜੀ ਆਪਣਾ। ਅਮਰਤਪਾਲ ਸਿੰਘ ਜੀ। ਕਰੀ ਸ਼ੁਰੂ ਜੀ, ਫਿਰ ਦੱਸੋ ਜੀ ਕਿੰਨੇ ਸੂਏ ਵੀਰ ਜੀ? ਇਹ ਜੀ ਦੂਜੇ ਸੂਏ ਝੋਟੀ ਜੇ ਸੂਈ ਹੈ ਜੀ। ਹਾਂਜੀ ਸੂਈ, ਠੀਕ ਹੈ ਜੀ। ਇਹਦੇ ਕੋਲ ਹਜੇ 8 ਲੀਟਰ ਬੋਲਾ ਹੈਗਾ ਜੀ ਤਿਆਰ। 8 ਕੋਲ ਬੋਲਾ ਤਿਆਰ ਹੈ ਜੀ। ਹਾਂਜੀ, ਅੱਛਾ ਜੀ, ਹਾਂਜੀ। ਤੇ ਚਵਾਈ ਤੇ ਕਿੰਨੇ ਟਾਈਮ ਹੋ ਗਏ ਵੀਰ ਜੀ ਸੂਈ ਨੂੰ? ਇਹਨੂੰ ਵੀ ਜੀ ਅੱਜ ਤੀਜਾ ਦਿਨ ਜੀ। ਤੀਜਾ ਦਿਨ ਆ ਤੇ ਚਵਾਈ ਮੈਂ ਤੁਹਾਨੂੰ ਸਵੇਰ ਟਾਈਮ ਹੀ ਆ ਨਾ ਜੀ ਅਜੇ? ਹਾਂਜੀ, ਸਵੇਰ ਦਾ ਟਾਈਮ ਹੈ, ਸਵੇਰੇ ਚਵਾਈ ਕੀਤੀ ਹੈ। ਹਾਂ, ਤੇ 8 ਵਜ ਚੁੱਕੇ ਜੀ, ਖੋਲੋ ਜੀ। ਹਾਂਜੀ ਵੀਰ ਜੀ, ਦੇਖੋ 8 ਵਜ ਚੁੱਕੇ ਆ ਤੇ ਚਵਾਈ ਦੇ ਕਰ ਚੁੱਕੇ ਵੀਰ ਨੂੰ ਵੇ। ਆ ਦੇਖੋ ਤੇ ਚਵਾਈ ਠੀਕ ਹੈ ਵੀਰ ਜੀ? ਬਿਲਕੁਲ ਬਿਲਕੁਲ ਜੀ, ਪੋਲੀਦਾਰ ਜੀ, ਪੋਲੀਦਾਰ ਹੈ, ਕਿਸੇ ਚੀਜ਼ ਦਾ ਕੋਈ ਨੁਕਸ ਨਹੀਂ ਹੈ ਜੀ। ਨਹੀਂ ਨਹੀਂ ਕੋਈ ਗੱਲ ਨਹੀਂ। ਆ ਦੇਖੋ ਜੀ, ਉੱਥੇ ਉੱਥੇ ਲੈ ਚਲੋ, ਉੱਥੇ ਲੈ ਚਲੋ, ਕੋਈ ਉੱਥੇ ਲੈ ਚਲੋ, ਲੈ ਚਲੋ, ਕੋਈ ਲੈ ਚਲੋ। ਆ ਦੇਖੋ ਜੀ, ਆ ਦੇਖੋ ਥਾਂ, ਦੇਖੋ ਜੀ, ਤੇ ਕੱਟੀ ਆ ਗਈ ਜੀ। ਹਾਂਜੀ, ਕੱਟਾ ਜੀ, ਕੱਟਾ ਜੀ, ਕੱਟਾ, ਠੀਕ ਹੈ ਜੀ। ਤੇ ਵੀਰ ਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ ਇਹਦੀ ਵੀ ਜੀ 70,000 ਕਰ ਦਿਓ ਜੀ। 70,000 ਰੁਪਇਆ? ਹਾਂਜੀ, ਬਾਕੀ ਮੌਕੇ ਦੇ ਕੋਈ ਮੌਕੇ ਦੇ ਮਾਨਤਾਨ ਥੋੜਾ ਬੜਾ ਕਰ ਦਿਓ, ਮਾਨਤਾਨ ਕਰ ਦੋਗੇ? ਠੀਕ, ਇਧਰ ਆ ਜੀ। ਇਹ ਗੱਬਣ ਹੈ ਜੀ? ਹਾਂਜੀ, ਇਹ ਗੱਬਣ ਦੀ। ਇਹਨੂੰ ਲੈ ਚਲੋ ਬਾਹਰ। ਇਹ ਕਿੰਨਾ ਟਾਈਮ ਲੈਂਦੀ ਹੈ ਜੀ ਇਹ? ਇੱਕ ਦੋ ਦਿਨ, ਕੱਲ ਨੂੰ ਦਿਨ ਪੂਰੇ ਹੋ ਜਾਣੇ ਜੀ। ਆ ਦੇਖੋ, ਆ ਦੇਖੋ ਜੀ, ਲਿਆਓ ਜੀ, ਲਿਆਓ ਲਿਆਓ ਵੀ ਜੀ, ਲਿਆਓ। ਲੈ ਚਲੋ, ਆ ਦੇਖੋ, ਵੀਰ ਜੀ ਫਿਰ ਇਹਨੇ ਦੁੱਧ ਕਿੰਨਾ ਕੀਤਾ ਪਿਛਲੇ ਸੂਏ ਜੀ? ਇਹਦੇ ਵਿੱਚ 12 ਲੀਟਰ ਦਿੱਤਾ ਜੀ, 12-13 ਲੀਟਰ ਹੀ, ਮਤਲਬ ਆਪਾਂ 10 ਹੀ ਦੱਸਾਂਗੇ ਯਾਰ, 10 ਹੀ ਦੱਸਾਂਗੇ। ਹਾਂ ਬਾ ਠੀਕ ਹੈ ਜੀ, ਹਾਂ ਠੀਕ ਹੈ, ਬਿਲਕੁਲ। ਆ ਦੇਖੋ ਜੀ, ਸੋਹਣੀ ਝੋਟੀ ਹੈ ਜੀ, ਠੀਕ ਹੈ ਜੀ। ਤੇ ਥੱਲੋ ਬਿਲਕੁਲ ਸਹੀ ਹੈ ਥਾਂ ਦੀ, ਬਿਲਕੁਲ ਜੀ, ਬਿਲਕੁਲ ਸਾਹ, ਪੂਰੀ ਗਾਰੰਟੀ ਜੀ, ਪੂਰੀ ਗਾਰੰਟੀ, ਬੰਦ ਜੀ, ਬੰਦ ਬੰਦ। ਤੇ ਵੀਰ ਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ ਇਹਦੀ ਵੀ ਜੀ 64,000 ਕਰ ਦੇ। 64,000 ਰੁਪਇਆ ਬਸ, ਦੋਵੇਂ ਪਸ਼ੂ ਹੈ ਜੀ? ਹਾਂਜੀ, ਆ ਦੋਵੇਂ ਪਸ਼ੂ। ਥੱਲੋ ਵੀ ਜੀ, ਆ ਵੀਰਾਂ ਕੋਲ ਦੋ ਪਸ਼ੂ ਹੈ ਜੀ, ਤੇ ਫਿਰ ਵੀ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੇ ਜ਼ਰੂਰ ਲੈ ਕੇ ਜਾਓ, ਗੱਪਣ ਪਸ਼ੂ ਪਾਸ ਕਰੋ, ਠੀਕ ਹੈ ਨਾ ਜੀ। ਆਦੀ ਪੂਰੀ ਤਸੱਲੀ ਕਰੋ, ਸਹੀ ਹੈ ਕਿ ਨਹੀਂ ਵੀਰ ਜੀ? ਆਦੀ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਕਰਕੇ, ਉਹਦਾ ਜਿਹੜੀ ਸੂਈ ਆ ਉਹ ਚੁਆ ਕੇ, ਹਾਂਜੀ, ਤੇ ਆ ਆਪਣੇ ਦੋ ਤਸੱਲੀ ਕਰਕੇ ਸਣ ਟੇਪ ਕੇ ਲੈ ਕੇ ਜਾਓ। ਬਿਲਕੁਲ ਜੀ, ਬਿਲਕੁਲ, ਬਾਕੀ ਤਰ੍ਹਾਂ ਦੀ ਆਪਣੀ ਪੂਰੀ ਗਾਰੰਟੀ ਹੋਊਗੀ, ਕੋਈ ਲੈ ਕੇ ਵੀ ਜਾਂਦਾ ਇਹ। ਠੀਕ, ਚਲੋ ਠੀਕ ਹੈ, ਚਲੋ ਨੰਬਰ ਫਿਰ ਬੋਲ ਦੇ ਜੀ ਆਪਣਾ। ਨਾਮ ਆਪਣਾ ਮਤਪਾ ਸਿੰਘ ਜੀ, ਹਾਂਜੀ, ਤੇ ਫੋਨ ਨੰਬਰ ਹੈਗਾ ਜੀ 81,667,74,218। ਠੀਕ ਹੈ, ਇਹੀ ਨੰਬਰ, 81,667,74,218, ਇਹੀ ਨੰਬਰ ਵਟਸਐਪ ਚੱਲ। ਹਾਂਜੀ, ਇਸੇ ਨੰਬਰ, ਚਲੋ ਠੀਕ ਹੈ, ਜਿਸ ਤਰ੍ਹਾਂ ਵੀ ਕਰਵਾ ਤੁਸੀਂ ਕਰ ਲੈ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ।